ਅਸੀਂ ਪਰਚਾ ਦਿੱਤਾ 10 ਤਰੀਕ ਨੂੰ 152 ਗ੍ਰਾਮ ਹੈਰੋਨ ਦਾ, 152 ਗ੍ਰਾਮ ਹੈਰੋਨ ਦਾ ਪਰਚਾ ਦਾ, ਇੱਥੋਂ ਦਾ ਬੰਦਾ ਉੱਥੇ ਕੱਚੇ ਪੱਕੇ ਫੜੇ ਗਏ ਆ। ਕਿਹਦੇ ਨਾਂ ਦੇ ਪਰਚਾ ਦਿੱਤਾ ਸੀ? ਸੰਦੀਪ ਸਿੰਘ ਸੰਨੀ, ਸਨ ਆਫ ਅੰਗਰੇਜ਼ ਸਿੰਘ, ਘੁਮਿਆਰ ਵਾਸੀ, ਚਗਾਵਾਂ। ਕਿਹੜਾ? ਦੂਜਾ ਬੰਦਾ ਓਡਰ ਦਾ ਮੁੰਡਾ ਹਰਵਿੰਦਰ ਸਿੰਘ, ਰਿੰਕਾ ਪੁੱਤਰ ਹੀਰਾ ਸਿੰਘ, ਉਹ ਓਡਰ ਦਾ ਵਾ। ਉਹਨਾਂ ਦੋਵਾਂ ਕੋਈ ਨਵਾਂ ਗੱਡੀ ਆ, ਉਹੀ ਜਿਹੜੇ ਇਹਨਾਂ ਦੇ ਬੰਦਿਆਂ ਦੀ ਗੱਡੀ ਆ ਉਹ। ਇਹ ਅੱਜ ਗਿੱਥੀ ਮਿੱਥੀ ਸਾਲਸ਼ਨਾ ਮੇਰੇ ਗਲ ਪਏ ਆ, ਗਿੱਥੀ ਮਿੱਥੀ ਸਾਲਸ਼ਨਾ। ਇੱਥੋਂ ਧੂ ਕੇ ਸਾਨੂੰ, ਅਸੀਂ ਬਾਹਰ ਖਲੋਤੇ ਹਾਂ, ਇਹ 50 ਜਣੇ ਅੰਦਰ ਆ, ਗਿੱਧੀ ਮਿੱਥੀ ਸਾਲਸ਼ਨਾ ਉਹਨਾਂ ਅੰਦਰ ਧੂ ਕੇ ਅਤੇ ਮੇਰੀ ਕੁੱਟਮਾਰ ਕੀਤੀ ਆ। ਇਹਨਾਂ ਨੂੰ ਪਤਾ ਸੀ ਤੁਸੀਂ ਆਉਣਾ ਵਾ? ਇਹਨਾਂ ਇਹ ਆਪ ਕਹਿੰਦੇ ਆ, ਤੇਰੇ ਥਾਣੇ ਫੋਨ ਆਇਆ। ਥਾਣੇ ਵਾਲੇ ਮਗਰੋਂ ਫੋਨ ਵੀ ਕਰ ਦਿੰਦੇ ਆ ਜੀ ਜਦੋਂ ਕੋਈ ਆਉਂਦਾ ਬੰਦੀ ਬਣਾ ਕੇ ਰੱਖਿਆ। ਪੱਗ ਮੇਰੀ ਇਹਨਾਂ ਲਾਤੀ ਆ, ਇੱਕ ਸਿੱਖ ਆ ਮੈਂ, ਇੱਕ ਪੱਗ ਲਾਈ ਇਹਨਾਂ ਮੇਰੀ, ਇਹ ਸਾਮਣ ਨੇ ਪਿਸਟਲ ਕਿੱਥੇ ਤੁਹਾਡਾ? ਪਿਸਟਲ ਇਹਨਾਂ ਕਮਨ ਨੇ ਖੋਇਆ ਮੇਰੇ ਕੋਲ। ਠੀਕ ਹੈ ਜੀ, ਇਹ ਜੇ ਕੰਧ ਟੱਪਾ ਲੱਗਾ ਡਿੱਗਾ ਜੋ ਤੁਸੀਂ ਜਾ ਕੇ ਪਤਾ ਕਰ ਸਕਦੇ ਹੋ। ਬੰਦੇ ਮੁੰਡੇ ਜੇਲ੍ਹ ਚ ਹਵਾਲਾ ਚ ਬੰਦ ਆ, ਜੇ ਅੱਜ ਉਹਨੂੰ ਪੇਸ਼ ਕਰਨਾ ਕੋਰਟ ਦੇ ਵਿੱਚ, ਉਹ ਹਵਾਲਾ ਚ ਬੰਦ ਆ, ਉਹਨੇ ਇਹਦਾ ਅਮਨ ਦਾ ਤੇ ਉਹਦੇ ਥਾਣੇਦਾਰ ਦੇ ਮੁੰਡੇ ਦਾ ਨਾਂ ਲਿਆ। ਕਿੱਥੋਂ? ਕਿਹੜੇ ਥਾਣੇ ਚ ਆਏ? ਕੱਚੇ ਪੱਕੇ ਤੋਂ ਜੀ। ਜ਼ਿਲ੍ਹਾ ਤਰਨਤਾਰਨ ਮਾਮਲਾ ਦਰਜ ਹੈਗਾ ਜੀ ਉੱਥੇ ਵੀ? ਹਾਂਜੀ ਹਾਂਜੀ। ਜਿੰਦਰਾਬੰਦ ਸੀ, ਉੱਥੋਂ ਅਸੀਂ ਸਿਰਫ ਇੱਥੇ ਆਏ ਹਾਂ। ਇਹ ਬੰਦਾ ਇੱਕ ਬੰਦਾ ਅੱਗੇ ਭੱਜਾ, ਇਹਨਾਂ ਦੀ ਸਾਜ਼ਿਸ਼ ਸੀ। ਉਹ ਮੁੰਡੇ ਸਾਰੇ ਅੱਡੇ ਅੱਗੇ ਭੱਜੇ, ਇਹਨਾਂ ਸਾਨੂੰ ਧੂ ਕੇ ਅੰਦਰ ਖਿੱਚ ਕੇ ਕੁੱਟਮਾਰ ਕਰਨੀ ਸ਼ੁਰੂ ਕਰਤੀ ਆ। ਇਹ ਤਾਂ ਕੋਈ ਪ੍ਰਸ਼ਾਸਨ ਨਾ, ਇਹ ਤਾਂ ਜਿਹੜਾ ਮਰਜ਼ੀ ਕਰਕੇ ਪਰਸੋਂ ਵਿੱਚ ਹੋਰ ਗੋਲੀ ਮਾਰ ਦਿੰਦੇ। ਇਹਨੇ ਮੈਨੂੰ ਜੀ ਭਰ ਕੇ ਕੁੱਟਿਆ ਇਹਨੇ। ਇੱਕ ਸਰਪੰਚ ਆ ਆਪਣੇ ਉੱਥੋਂ ਭੁੱਲਰਾਂ ਤੋਂ, ਸਿਰਫ ਉਹਨਾਂ ਨੇ ਛਡਾਇਆ ਮੈਨੂੰ, ਹੋਰ ਕਿਸੇ ਨੇ ਛਡਾਇਆ ਨੀ। ਉਹ ਬਾਕੀਆਂ ਨੇ ਫੁੱਲ ਮਤ ਕੀਤੀ। ਮੇਰੀ ਲੇਡੀ ਕਾਂਸਟੇਬਲ ਦੇ 2 ਚਪੇੜਾਂ ਮਾਰੀਆਂ। ਕਿੰਨੇ ਕਿੰਨੇ ਕੁੱਟਿਆ ਤੈਨੂੰ? ਖਾਸ ਤੌਰ ਤੇ ਅਮਨ, ਇਹਨੇ ਮੇਰੇ ਮੂੰਹ ਦੇ ਮੁਕੀਆਂ ਦੇ ਨਾਲ ਕੋਈ ਪਤਾ, ਮੈਂ ਜਾ ਮੈਂ ਕਿਹਾ ਮੈਂ ਤਰਤਾ ਜਿਲਦਾ, ਮੈਂ ਕਿਹੜਾ ਨਾ ਜਾਣਦਾ ਜੀ ਇਹਨਾਂ ਦੇ।